ਅਸਲਾਮ ਅਲੈਕੁਮ, ਮੈਂ ਜ਼ਿਸ਼ਾਨ ਰਾਜਾ। ਅਲਹਮਦੁਲਿਲਾ ਠੀਕ ਠਾਕ ਹੈ ਜੀ। ਤੁਸੀਂ ਵੀ ਉਮੀਦ ਕਰਨਾ ਸਾਰੇ ਠੀਕ ਠਾਕ ਹੋਸੋ। ਅੱਲਾਹ ਤਾਲਾ ਤੁਸਾਂ ਸਾਰਿਆਂ ਖੁਸ਼ ਰੱਖੇ, ਆਬਾਦ ਰੱਖੇ। ਅੱਜ ਜੁਲਨੇ ਪਏ ਜੀ ਜ਼ਰਾ ਟੈਕਸਲਾ ਮੰਡੀ 'ਤੇ, ਦੁਆ ਕਰਿਓ ਸਾਰੇ, ਦੁਆਵਾਂ ਯਾਦ ਰੱਖਿਓ। ਅੱਲਾਹ ਤਾਲਾ ਕੋਈ ਨਾ ਕੋਈ ਨੇਕ ਸਵਾਬ ਕਰੇ। ਗੱਡੀ ਕਿੰਨੇ ਜੁਲਨੇ ਪਿਆ, ਗੱਡੀ ਸੇਲ ਕੀਤੀ ਸੀ ਅਤੇ ਚਾਰ ਪੰਜ ਦਿਨ ਹੋ ਗਏ, ਮੁੰਡਾ ਵਿਲਾਗ ਵੀ ਨਹੀਂ ਆਉਣਾ ਪਿਆ। ਸਿਰਫ ਇਸੀ ਵਜ੍ਹਾ 'ਚੋਂ ਮੈਂ ਥੋੜ੍ਹਾ ਬਿਜ਼ੀ ਰਹਿ ਗਿਆ। ਅੱਜ ਇਨਸ਼ਾਅੱਲਾ ਤੁਸਾਂ ਮੰਡਾ ਵਿਲਾਗ ਵੀ ਮਿਲ ਸੀ, ਗੱਪ ਸ਼ੱਪ ਵੀ ਹੋ ਸੀ ਅਤੇ ਟੈਕਸ ਲੈਣੇ ਨਜ਼ਾਰੇ ਵੀ ਤੁਸਾਂ ਕਰਾਸਾ ਮੰਡੀ ਨੇ ਵੀ। ਅਤੇ ਮੋਟਰਸਾਈਕਲ ਸਟਾਰਟ ਕੀਤਾ, ਘਰੋਂ ਨਿਕਲ ਆਇਆ ਅਤੇ ਰਹਿ ਜਾਇਆ, ਮੈਂ ਇੱਥੋਂ ਸਟਾਰਟ ਕਰਨੇ ਆ। ਹੁਣ ਜੁਲਨੇ ਅੱਗੇ ਗੱਡੀ 'ਚ ਇੰਤਜ਼ਾਰ ਕਰਨਾ ਪਿਆ ਬੰਦਾ ਇੱਕ ਗੱਡੀ ਵਾਸਤੇ, ਉਸ ਵਾਸਤੇ ਉੱਥੋਂ ਅੱਗੇ ਜੁਲਸਾਂ ਗੱਡੀ 'ਤੇ। ਅਲਹਮਦੁਲਿਲਾ ਜੀ, ਅਸੀਂ ਪਹੁੰਚੇ ਹਾਂ ਮੰਡੀ 'ਚ। ਮੰਡੀ ਦੀ ਪੋਜੀਸ਼ਨ ਤਾਂ ਕੀ, ਰਾਹ 'ਚ ਗੱਡੀਆਂ ਨਾ ਪਾਉਂਗੇ, ਲੇਕਿਨ ਕਲਾਇੰਟ ਵੇਚਣੇ ਦੇ ਲੋਕ ਜ਼ਿਆਦਾ ਵੇਚਣੇ ਦੇ ਲੋਕ ਜ਼ਿਆਦਾ ਨੇ ਗੱਡੀਆਂ, ਲੇਕਿਨ ਕਸਟਮਰ ਕਾਮ ਨੇ, ਕਿਉਂਕਿ ਮਹਿੰਗਾਈ ਜ਼ਿਆਦਾ ਹੈ। ਤੁਸੀਂ ਵੀ ਜ਼ਰਾ ਵਿਊ ਕਰਾ ਦਈਏ ਮੰਡੀ ਦੇ ਨਜ਼ਾਰੇ। ਗੱਡੀਆਂ ਮਾਸ਼ਾਅੱਲਾ ਤਿੰਨ ਚਾਰ ਗੱਡੀਆਂ ਸਰ ਤੱਕੀਆਂ ਜੀ, ਐਂਟੀਕ ਹੋ, ਮਜ਼ੇ ਹੀ ਆ ਗਿਆ ਗੱਡੀਆਂ ਤੱਕੀਆਂ। ਲੇਕਿਨ ਇਹ ਹੈ ਕਿ ਮਾਰਕੀਟ 'ਚ ਜਿਹੜਾ ਕਲਾਇੰਟ ਹੈ ਉਹ ਬਹੁਤ ਕੰਮ ਹੈ, ਜਾਂ ਤਾਂ ਸ਼ਾਮ ਨੇ ਟਾਈਮ ਨਹੀਂ, ਸ਼ਾਮ ਨੇ ਟਾਈਮ ਆਵਾਮ ਅਕਸਰ ਹੀ ਉਹ ਚਾਹੁੰਦੀ ਨਾ। ਹੁਣ ਵੈਸੇ ਮੌਸਮ ਠੰਡਾ ਹੋ ਗਿਆ, ਤੁਸਾਂ ਵੀ ਜ਼ਰਾ ਨਾਲ ਨਾਲ ਚੈੱਕ ਕਰਾਈ ਜੁਲਾ ਮੰਡੀ ਟੈਕਸ ਲਾ ਮੰਡੀ ਨੇ ਵਾਹ ਕਹਿ। ਰਸ਼ ਵੀ ਬਹੁਤ ਹੋਣਾ ਇੱਥੇ, ਅਗਰ ਤੁਸੀਂ ਆਉਂਦੇ ਹੋ ਤੇ ਗੱਡੀ ਤੁਸਾਂ ਪਾਰਕਿੰਗ ਕਰਨੀ, ਤੁਸਾਂ ਪਾਰਕਿੰਗ ਦੀ ਜਗ੍ਹਾ ਹੀ ਨਹੀਂ ਮਿਲਣੀ, ਇਤਨਾ ਮਤਲਬ ਰਸ਼ ਹੈ। ਕਿਉਂਕਿ ਬਾਜ਼ਾਰ ਹੈ ਨਾ ਜੀ, ਇਤਵਾਰ ਬਾਜ਼ਾਰ ਮੰਡੀਆਂ ਨਾ, ਮੰਡੀ ਨਾ ਬਾਜ਼ਾਰ ਹੈ ਗੱਡੀਆਂ ਨਾ, ਇਸ ਵਜ੍ਹਾ ਇੱਥੇ ਰਸ਼ ਬਹੁਤ ਹੋਣਾ। ਉਸਤਾਦ ਜੀ ਕਿਹੜੀ ਡਿਮਾਂਡ ਲਾਈ ਵੀ ਨੇ, ਕਿਹੜਾ ਮਾਡਲ ਨੇ, ਡਿਮਾਂਡ 12 ਮਾਡਲ 12,90,000 ਰੁਪਇਆ। ਗੱਡੀ ਜੀ 87 ਨਹੀਂ, ਗੱਡੀ ਚੈੱਕ ਕਰੋ ਮਾਸ਼ਾਅੱਲਾ ਠੀਕ ਹੈ। ਐ ਚੈੱਕ ਕਰੋ, ਇਸ 'ਤੇ ਕਾਰਪੋਰਟ ਵੀ ਜੈਨੂਇਨ ਪਈ ਵੀ ਨੇ, ਇਸ ਨਾਲ ਟਸ ਬੋਰਡ ਮਾਸ਼ਾਅੱਲਾ ਬਹੁਤ ਪਿਆਰਾ ਟਸ ਬੋਰਡ ਹੈ, ਅੰਦਰ ਸੀਟਿੰਗ ਸੀਟਾਂ ਸ਼ੀਟਾਂ, ਕਲਰ ਵੀ ਬਹੁਤ ਪਿਆਰਾ ਗੱਡੀ ਨਾ, ਇੰਜਨ ਵਾਈਜ਼ ਤੁਸੀਂ ਚੈੱਕ ਕਰਾਉਂਦੇ ਆ, ਚੈੱਕ ਕਰੋ ਮਾਸ਼ਾਅੱਲਾ ਬਹੁਤ ਪਿਆਰੀ ਗੱਡੀ ਹੈ। ਅਤੇ ਭਾਈ ਜਾਨ ਹੋ, ਚਲੋ ਮਰਜ਼ੀ ਨਹੀਂ ਮੰਗਾਂ ਨੇ, ਬਾਕੀ ਮਾਸ਼ਾਅੱਲਾ ਗੱਡੀ ਜਿਹੜੀ ਨਾ ਜੀ ਐਂਟੀਕ ਹੈ, ਆਸਾਨ ਪਸੰਦ ਆਈ, ਇਹਦੀ ਡਿਮਾਂਡ 13 ਲੱਖ ਰੁਪਇਆ ਦਾ ਕਰਨੇ, ਮੈਂ ਵੀ ਆਫਰ ਦਿੱਤੀ ਹੈ, ਲੇਕਿਨ ਚਲੋ ਨਸੀਬ ਦੀ ਗੱਲ ਹੈ, ਟਾਇਰ ਨਏ ਚੜੇ ਫਿਰ। ਇਹ ਨੂਰੀ ਮੋਟਰਸ ਜੀ ਮਾਸ਼ਾਅੱਲਾ, ਇਹਨਾਂ ਨੇ ਵੀ ਚੈੱਕ ਕਰੋ ਸ਼ੋਰੂਮ ਹੈ, ਗੱਡੀਆਂ ਤੁਸਾਂ ਵੀ ਕੋਈ ਚਾਹੀ ਨਹੀਂ ਕਰਨੀ, ਮੋਟਰ ਕੋਈ ਵੀ ਚਾਹੀ ਨਹੀਂ, ਤੁਸੀਂ ਇੱਥੇ ਆਣ ਕੇ ਮੈਂ ਤੁਹਾਨੂੰ ਗੱਡੀਆਂ ਇੱਦਾਂ ਮਹਿੰਗੀਆਂ ਹੋਈਆਂ ਤੀਆਂ ਨੇ ਜੀ, ਕੇ ਤੁਸਾਂ ਦੱਸਾਂ ਵੀ ਬਾਹਰੇ ਤੋਂ ਬਾਹਰ ਹੋਇਆ ਵਿਆ ਕੰਮ, ਅਸਾਂ ਵੀ ਮਾਰਕੀਟ ਨਾਲ ਮਾਨਾ ਕੀਤਾ, ਦੋ ਤਰੇ ਗੱਡੀਆਂ ਡਿਸਾਈਡ ਕੀਤੀਆਂ, ਹੁਣ ਚੈੱਕ ਕਰੋ ਕਿਹੜਿਆਂ ਨਸੀਬਾਂ 'ਚ ਅਸਾਂ ਨੂੰ ਪੇਮੈਂਟ। ਇਸਲਾਮਾਬਾਦ ਟੂਲ ਪਲਾਜ਼ਾ ਹੈ ਜੀ ਮਾਸ਼ਾਅੱਲਾ, ਚੈੱਕ ਕਰੋ ਇਸ 'ਤੇ ਇੰਨਾ ਬੜਾ ਰਸ਼ ਲੱਗਾ ਹੋਇਆ, ਉਹ ਫੱਲਾ ਅੱਜ ਇਤਵਾਰ ਹੈ ਅਤੇ ਰਸ਼ ਤੱਕੋ ਟ੍ਰੈਫਿਕ, ਇਹ ਚੈੱਕ ਕਰੋ ਤੁਸੀਂ ਸਾਹਮਣੇ, ਅਸਰੀਆਂ ਵੀ ਵਾਪਸੀ ਹੁੰਦੀਆਂ ਪਈਆਂ ਅਤੇ ਅਸੀਂ ਵੀ ਵਾਪਸ ਜਾ ਰਹੇ ਹਾਂ ਘਰ 'ਚ, ਜਿਹੜੀਆਂ ਦੋ ਤਰੇ ਜਿਹੜੀਆਂ ਚੈੱਕ ਕੀਤੀਆਂ ਨੇ ਇਨਸ਼ਾਅੱਲਾ ਉਸ ਨਾਲ ਕੱਲ੍ਹ ਫਾਈਨਲ ਕਰਸਾਂ, ਇਹ ਚੈੱਕ ਕਰੋ। ਅਲਹਮਦੁਲਿਲਾ ਜੀ ਵਾਪਸੀ ਹੋ ਗਈਆਂ, ਕਾਲ ਚੌਕ 'ਚ ਆਪਣੇ ਵਤਨਾਂ 'ਚ ਪਹੁੰਚ ਗਏ ਹਾਂ, ਅਤੇ ਉਮੀਦ ਕਰਸਾਂ ਤੁਹਾਨੂੰ ਵੀਡੀਓ ਪਸੰਦ ਆ ਸੀ, ਵੀਡੀਓ ਪਸੰਦ ਆਈ ਲਾਈਕ ਸ਼ੇਅਰ ਜ਼ਰੂਰ ਕਰਿਓ, ਸਬਸਕ੍ਰਾਈਬ ਕਰਿਓ ਅਤੇ ਚੈਨਲ ਆ ਫਟਾਫਟ ਮਾਰੋ ਸਬਸਕ੍ਰਾਈਬ, ਅੱਲਾ ਸੋਹਣੇ ਵਾਲੇ ਪਾਕਿਸਤਾਨ ਦਾ ਨਵਾਂ।